ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਵਾਸੀਆਂ ਨੂੰ ਮਿਲੀ ਸਿਰਫ 10 ਮਿੰਟ ਦੇ ਵਿੱਚ ਟੈਕਸ ਰਿਟਰਨ ਭਰਨ ਦੀ ਸਹੂਲਤ ਨੂੰ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਪਾਇਲਟ ਪ੍ਰੋਜੈਕਟ ਅਧੀਨ ਮੌਜੂਦਾ ਵਰ੍ਹੇ ਦੌਰਾਨ 20 ਲੱਖ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। CRA ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਇਕੱਲੇ ਜੁਲਾਈ ਦੌਰਾਨ 5 ਲੱਖ ਤੋਂ ਵੱਧ ਕੈਨੇਡੀਅਨਸ ਨੂੰ 2023 ਦੀਆਂ ਟੈਕਸ ਰਿਟਰਨਾਂ ਫੋਨ ਰਾਹੀਂ, ਆਨਲਾਈਨ ਜਾਂ ਮੇਲ ਦੇ ਰਾਹੀਂ ਦਾਖਲ ਕਰਨ ਦੇ ਸੱਦੇ ਭੇਜੇ ਗਏ ਨੇ। ਫੈਡਰਲ ਬਜਟ ਦੇ ਵਿੱਚ ਐਲਾਨੇ ਪਾਇਲਟ ਪ੍ਰੋਜੈਕਟ ਰਾਹੀਂ ਘੱਟ ਆਮਦਨ ਵਾਲੇ ਉਹਨਾਂ ਕੈਨੇਡੀਅਨਸ ਦੀ ਰਿਟਰਨ ਦਾਖਲ ਕਰਵਾਈ ਜਾ ਰਹੀ ਹੈ, ਜਿਨ੍ਹਾਂ ਦੇ ਵੱਲੋਂ ਕਦੇ ਇਹ ਕੰਮ ਨਹੀਂ ਕੀਤਾ ਗਿਆ ਜਾਂ ਟੈਕਸ ਰਿਟਰਨਾਂ ਦੇ ਮਾਮਲੇ ਦੇ ਵਿੱਚ ਖਪਾ ਬਹੁਤ ਜ਼ਿਆਦਾ ਵੱਧ ਗਿਆ ਹੋਵੇ। CRA ਨੇ ਦਾਅਵਾ ਕੀਤਾ ਹੈ ਕਿ ਨਵੀਂ ਸੇਵਾ ਰਾਹੀਂ ਸਿਰਫ 10 ਮਿੰਟ ਵਿੱਚ ਟੈਕਸ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ। CRA ਦਾ ਕਹਿਣਾ ਹੈ ਕਿ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ 3 ਵੱਖੋ ਵੱਖਰੇ ਤਰੀਕੇ ਮੌਜੂਦ ਨੇ, ਜਿਹੜੇ ਲੋਕ ਫੋਨ ਜਾਂ ਡਿਜੀਟਲ ਸੇਵਾ ਦੀ ਵਰਤੋਂ ਕਰਨਾ ਚਾਹੁਣ ਉਹਨਾਂ ਤੋਂ ਕੁਝ ਸਧਾਰਨ ਸਵਾਲ ਪੁੱਛੇ ਜਾਣਗੇ ਅਤੇ ਨਿੱਜੀ ਜਾਣਕਾਰੀ ਬਾਰੇ ਤਸਦੀਕ ਕਰਨੀ ਹੋਵੇਗੀ। ਫੋਨ ਕਾਲ ਕਰਨ ਵਾਲੇ ਜਿਹੜੇ ਲੋਕਾਂ ਦੇ ਵੱਲੋਂ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਸਿਰਜਿਆ ਗਿਆ, ਉਹਨਾਂ ਨੂੰ ਕਾਲ ਖਤਮ ਹੁੰਦਿਆਂ ਹੀ ਰਿਫੰਡ ਆ ਜਾਵੇਗੀ। ਜੇ ਸੰਬੰਧਿਤ ਸ਼ਖਸ ਕੋਈ ਰਿਫੰਡ ਹਾਸਲ ਕਰਨ ਦੇ ਯੋਗ ਹੈ ਤਾਂ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਭਾਵ ਪਿੰਨ ਦੀ ਗੈਰ ਮੌਜੂਦਗੀ ਦੇ ਵਿੱਚ ਅਸੈਸਮੈਂਟ ਨੋਟਿਸ ਮੇਲ ਰਾਹੀਂ ਜਾਂ CRA ਅਕਾਊਂਟ ਰਾਹੀਂ ਭੇਜ ਦਿੱਤਾ ਜਾਵੇਗਾ। ਫੋਨ ਅਤੇ ਡਿਜੀਟਲ ਸੇਵਾਵਾਂ ਰੋਜ਼ਾਨਾ ਸਵੇਰੇ 6 ਵਜੇ ਤੋਂ 3 ਵਜੇ ਤੱਕ ਹਫ਼ਤੇ ਦੇ 7 ਤੋਂ 3 ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਵਾਸਤੇ ਮਾਹਰਾਂ ਅਤੇ ਵਕੀਲਾਂ ਨੂੰ ਸੱਦਿਆ ਜਾਂਦਾ ਹੈ ਤਾਂ ਕੈਨੇਡੀਅਨ ਲੋਕਾਂ ਨੂੰ ਉਹ ਸਾਰੇ ਆਰਥਿਕ ਲਾਭ ਮਿਲ ਸਕਣ ਜਿਨ੍ਹਾਂ ਤੋਂ ਉਹ ਵਾਂਝੇ ਰਹਿ ਜਾਂਦੇ ਨੇ। ਪਾਰਲੀਮਾਨੀ ਬਜਟ ਅਫਸਰ ਦੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਹਰ ਸਾਲ $1 ਅਰਬ ਤੋਂ ਵੱਧ ਰਕਮ ਦੇ ਆਰਥਿਕ ਲਾਭ ਅਣਵਰਤੇ ਰਹਿ ਜਾਂਦੇ ਨੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੀਆਂ ਟੈਕਸ ਰਿਟਰਨਾਂ ਨਹੀਂ ਭਰਦੇ। ਕਾਰਲਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੇ ਅਧਿਐਨ ਦੇ ਮੁਤਾਬਕ 10 ਤੋਂ 12% ਕੈਨੇਡੀਅਨ ਆਪਣੀਆਂ ਟੈਕਸ ਰਿਟਰਨ ਦਾਖਲ ਨਹੀਂ ਕਰਦੇ। ਦੂਜੇ ਪਾਸੇ ਕੈਨੇਡਾ ਰੈਵਨਿਊ ਏਜੰਸੀ ਦਾ ਮੰਨਣਾ ਹੈ ਕਿ 7% ਲੋਕ ਆਪਣੀਆਂ ਰਿਟਰਨਾਂ ਦਾਖਲ ਕਰਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।